ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਈਡੀ ਵੱਲੋਂ ਇੱਕ ਵਾਰ ਫਿਰ ਰੇਡ ਦਾ ਸਿਲਸਲਾ ਸ਼ੁਰੂ ਹੋ ਚੁੱਕਾ ਹੈ ਔਰ ਇਸ ਚੀਜ਼ ਦੇ ਵਿੱਚ ਲੁਧਿਆਣਾ ਦੇ ਕਈ ਕਾਰੋਬਾਰੀਆਂ ਦੇ ਘਰਾਂ ਦੇ ਵਿੱਚ ਰੇਡ ਚੱਲ ਰਹੀ ਹੈ ਤਾਂ ਉੱਥੇ ਹੀ ਰਾਜ ਸਭਾ ਮੈਂਬਰ ਸੰਜੀਵ अरोड़ा ਦੇ ਘਰ ਦੇ ਵਿੱਚ ਵੀ ਰੇਡ ਚੱਲ ਰਹੀ ਹੈ ਮੇਰੇ ਨਾਲ ਇਸੇ ਮੌਜੂਦ ਹੈਗੇ ਨੇ ਐਮਐਲਏ ਅਸ਼ੋਕ ਰਾਸ਼ੇ ਪੱਪੀ ਉਹਨਾਂ ਨਾਲ ਅਸੀਂ ਗੱਲ ਕਰ ਲੈਨੇ ਸਰ ਤੁਹਾਡੇ ਰਾਜ ਸਭਾ ਮੈਂਬਰ ਜਿਹੜੇ ਹੈਗੇ ਨੇ ਸੰਜੀਵ अरोड़ा ਉਹਨਾਂ ਦੇ ਘਰੇ ਰੇਡ ਕੀਤੀ ਜਾ ਰਹੀ ਹੈ ਈਡੀ ਵੱਲੋਂ ਕੀ ਕਹਿਣਾ ਚਾਹੁੰਗੇ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਕਿ ਜਿਹੜੀ ਜਦੋਂ ਦਾ ਭਾਜਪਾ ਨੂੰ ਇੱਕੋ ਗੱਲ ਦਾ ਖੋਬੀਆ ਵਾ ਅਰਵਿੰਦ ਕੇ ਜੀਵਾਲਾ ਲਗ ਲਗ ਢੰਗਾ ਨਾਲ ਅਲਗ ਅਲਗ ਕਹਾਣੀਆਂ ਨਾਲ ਜਿਹੜਾ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜਿਹੜਾ ਇਹ ਤੰਗ ਕਰ ਰਿਹਾ ਇਹਦਾ ਮਤਲਬ ਇਹ ਆ ਭਾਜਪਾ ਨੂੰ ਅੱਜ ਜੇ ਖਤਰਾ ਵਾਤ ਅਰਵਿੰਦ ਕੇ ਜੀਵਾਲ ਤੋਂ ਖਤਰਾ ਹੈ ਉਹਦੀਆਂ ਨਿਸ਼ਾਨੀਆਂ ਨੇ ਈਡੀ ਦਾ ਮਿਸਯੂਜ਼ ਕਰਨਾ ਤੋਤਾ ਮੈਨਾ ਬਣੇ ਹੋਇਆ ਸੀਬੀਆਈ ਤੇ ਈਡੀ ਦੋ ਆਪਾਂ ਸੁਣਦੇ ਹੁੰਦੇ ਸੀ ਵੀ ਤੋਤਾ ਤੇ ਮੈਨਾ ਉਹੋ ਜੀਆਂ ਨੇ ਜੋ ਤੋਤਾ ਕਹਿੰਦਾ ਉਹੀ ਮੈਨਾ ਬੋਲੀ ਜਾਂਦੀ ਹੈ ਜੋ ਮੈਨਾ ਕਹਿੰਦੀ ਹੈ ਉਹੀ ਤੋਤਾ ਬੋਲੀ ਜਾਂਦਾ ਇਹ ਭਾਈਪਾ ਦੇ ਰੰਗ ਨੇ ਭਾਈਪਾ ਨੇ ਅੱਜ ਪੰਜਾਬ ਦੇ ਵਿੱਚ ਛੱਡੋ ਪੂਰੇ ਦੇਸ਼ ਦੇ ਵਿੱਚ ਜਿਹੜਾ ਬੰਦਾ ਉਹਨਾਂ ਦੇ ਕੋਈ ਨਾਲ ਨਹੀਂ ਤੁਰਦਾ ਜਿਹੜਾ ਉਹਨਾਂ ਦੇ ਨਾਲ ਕੋਈ ਚਾਹੇ ਦਾਗੀ ਆ ਚਾਹੇ ਬੇਦਾਗਾ ਉਹ ਤਾਂ ਇਹ ਚਾਹੁੰਦੇ ਆ ਬਾਕੀ ਸਿਆਸਤ ਸਿਆਸੀ ਬੰਦਿਆਂ ਨੂੰ ਖਤਮ ਕਰਕੇ ਸਿਰਬਸੀਓ ਆਪਣਾ ਇੱਕ ਰਾਜ ਕਰ ਲਈਏ ਜਿਹੜਾ ਇਹ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਇਹ ਆਮ ਆਦਮੀ ਪਾਰਟੀ ਆ ਕੋਈ ਪਰੇਸ਼ਾਨੀ ਨਹੀਂ ਕਿ ਈਡੀ ਕੀ ਕਰੂਗੀ ਈਡੀ ਸਾ ਜਦੋਂ ਸਾਡੇ ਬੰਦੇ ਲੀਗਲ ਨੇ ਜੋ ਬਿジネス ਕਰਨਾ ਅੱਜ ਦੇ ਯੁੱਗ ਦੇ ਵਿੱਚ ਇਹ ਅਡਾਨੀ ਵਾਨੀਆਂ ਨੂੰ ਬਿジネス ਹੀ ਕਰਾ ਰਿਆ ਭਾਜਪਾ ਇਹ ਅਡਾਨੀ ਵਾਨੀ ਜਿਹੜੇ ਇਹਨਾਂ ਦੇ ਤੋਤਾ ਮੈਨਾ ਨੇ ਉਹ ਬਿジネス ਹੀ ਕਰ ਰਿਹਾ ਲੋਕਾਂ ਦਾ ਤਾਂ ਕਰਜ਼ਾ 10 ਲੱਖ ਦਾ ਨਹੀਂ ਲੱਖ ਦਾ ਨਹੀਂ ਮaaf ਕਰਦੇ ਉਹਨਾਂ ਦਾ ਹਰ ਬਾ ਖਰ ਮਾਰ ਪਿਆਂ ਦਾ ਕਰਜ਼ਾ ਮaaf ਕਰਦੇ ਐ ਇਤੋਂ ਪਤਾ ਲੱਗਦਾ ਭਾਜਪਾ ਦੀ ਨੀਅਤ ਤੇ ਨੀਤੀ ਚ ਫਰਕ ਆ ਅੱਛਾ ਇੱਕ ਚੀਜ਼ ਹੋਰ ਕਿ ਚਲੋ ਸਿਆਸਤ ਹੋ ਰਹੀ ਐ ਦੂਜੇ ਪਾਸੇ ਜਿਹੜੇ ਕਾਰੋਬਾਰੀ ਹੈਗੇ ਉਹਨਾਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਇੱਕੋ ਕਾਰੋਬਾਰੀ ਉਹੀ ਐ ਜਿਹੜਾ ਬੰਦਾ ਸਾਡੇ ਆਮ ਆਦਮੀ ਪਾਰਟੀ ਨਾਲ ਜੁੜਦਾ ਵਾ ਉਹਨੂੰ ਹੀ ਇਹ ਲੋਕ ਪਰੇਸ਼ਾਨ ਕਰਨ ਲੱਪ ਪੈਂਦੇ ਐ ਜਿਹੜਾ ਬੰਦਾ ਵੀ ਅੱਜ ਤੱਕ ਲਾ ਲੋ ਤੁਸੀਂ ਜਿਹੜਾ ਕੋਈ ਅਰਵਿੰਦ ਕੇਰੀਵਾਲ ਦੇ ਨਾਲ ਪਹਿਲਾਂ ਦਾ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਨੂੰ ਅੰਦਰ ਅਮਨੀਸ਼ ਸ਼ੋਧੀਆਂ ਨੂੰ ਅੰਦਰ ਕੀਤਾ ਇਹਨਾਂ ਨੂੰ ਜਿਹੜਾ ਕੋਈ ਚੰਗੇ ਸਕੂਲ ਬਣਾਵੇ ਬਿਜਲੀ ਫਰੀ ਦਵੇ ਜਿਹੜਾ ਕੋਈ ਗਰੀਬ ਦੇ ਹੱਕ ਦੀ ਗੱਲ ਕਰਦਾ ਉਹ ਇਹਨਾਂ ਨੂੰ ਚੁੱਭਦਾ ਵਾ ਇਹਨਾਂ ਨੂੰ ਉਡਾਨੀ ਦੇ ਹਵਾਨੀ ਚਾਹੀਦੇ ਆ ਦੇਸ਼ 'ਚ ਵਸ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਈਡੀ ਵੱਲੋਂ ਇੱਕ ਵਾਰ ਫਿਰ ਰੇਡ ਦਾ سلسلہ ਸ਼ੁਰੂ ਹੋ ਚੁੱਕਾ ਵਾ ਔਰ ਇਸ ਚੀਜ਼ ਦੇ ਵਿੱਚ ਲੁਧਿਆਣਾ ਦੇ ਕਈ ਕਾਰੋਬਾਰੀਆਂ ਦੇ ਘਰਾਂ ਦੇ ਵਿੱਚ ਰੇਡ ਚੱਲ ਰਹੀ ਹੈ ਤਾਂ ਉੱਥੇ ਹੀ ਰਾਜ ਸਭਾ ਮੈਂਬਰ ਸੰਜੀਵ अरोड़ा ਦੇ ਘਰ ਦੇ ਵਿੱਚ ਵੀ ਰੇਡ ਚੱਲ ਰਹੀ ਹੈ ਮੇਰੇ ਨਾਲ ਇਸੇ ਮੌਜੂਦ ਹੈਗੇ ਨੇ ਐਮ ਐਲ ਏ ਅਸ਼ੋਕ ਰਾਸ਼ੇ ਪੱਪੀ ਉਹਨਾਂ ਨਾਲ ਅਸੀਂ ਗੱਲ ਕਰ ਲੈਨੇ ਸਰ ਤੁਹਾਡੇ ਰਾਜ ਸਭਾ ਮੈਂਬਰ ਜਿਹੜੇ ਹੈਗੇ ਨੇ ਸੰਜੀਵ अरोड़ा ਉਹਨਾਂ ਦੇ ਘਰੇ ਰੇਡ ਕੀਤੀ ਜਾ ਰਹੀ ਹੈ ਈਡੀ ਵੱਲੋਂ ਕੀ ਕਹਿਣਾ ਚਾਹੁੰਗੇ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਕਿ ਜਿਹੜੀ ਜਦੋਂ ਦਾ ਭਾਜਪਾ ਨੂੰ ਇੱਕੋ ਗੱਲ ਦਾ ਖੋਬੀਆ ਵਾ ਅਰਵਿੰਦ ਕੇਲੀ ਵਾਲਾ ਲੱਗ ਲੱਗ ਢੰਗਾ ਨਾਲ ਲੱਗ ਲੱਗ ਕਹਾਣੀਆਂ ਨਾਲ ਜਿਹੜਾ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜਿਹੜਾ ਇਹ ਤੰਗ ਕਰ ਰਿਹਾ ਇਹਦਾ ਮਤਲਬ ਇਹ ਆ ਭਾਜਪਾ ਨੂੰ ਅੱਜ ਜੇ ਖਤਰਾ ਵਾਤ ਆਰਬਿੰਦ ਕੇ ਜੀਵਾਲ ਤੋਂ ਖਤਰਾ ਇਹ ਉਹਦੀਆਂ ਨਿਸ਼ਾਨੀਆਂ ਨੇ ਈਡੀ ਦਾ ਮਿਸਜੂਜ ਕਰਨਾ ਤੋਤਾ ਮੈਨਾ ਬਣੇ ਹੋਇਆ ਸੀਬੀਆਈ ਤੇ ਈਡੀ ਦੋ ਆਪਾਂ ਸੁਣਦੇ ਹੁੰਦੇ ਸੀ ਵੀ ਤੋਤਾ ਤੇ ਮੈਨਾ ਉਹ ਰੋਜੀਆਂ ਨੇ ਜੋ ਤੋਤਾ ਕਹਿੰਦਾ ਉਹੀ ਮੈਨਾ ਬੋਲੀ ਜਾਂਦੀ ਹੈ ਜੋ ਮੈਨਾ ਕਹਿੰਦੀ ਹੈ ਉਹੀ ਤੋਤਾ ਬੋਲੀ ਜਾਂਦਾ ਇਹ ਭਾਈਪਾ ਦੇ ਰੰਗ ਨੇ ਭਾਈਪਾ ਨੇ ਅੱਜ ਪੰਜਾਬ ਦੇ ਵਿੱਚ ਛੱਡੋ ਪੂਰੇ ਦੇਸ਼ ਦੇ ਵਿੱਚ ਜਿਹੜਾ ਬੰਦਾ ਉਹਨਾਂ ਦੇ ਕੋਈ ਨਾਲ ਨਹੀਂ ਤੁਰਦਾ ਜਿਹੜਾ ਉਹਨਾਂ ਦੇ ਨਾਲ ਕੋਈ ਚਾਹੇ ਦਾਗੀ ਆ ਚਾਹੇ ਬੇਦਾਗਾ ਉਹ ਤਾਂ ਇਹ ਚਾਹੁੰਦੇ ਆ ਬਾਕੀ ਸਿਆਸਤ ਸਿਆਸੀ ਬੰਦਿਆਂ ਨੂੰ ਖਤਮ ਕਰਕੇ ਸਿਰਬੱਸੀ ਉਹ ਆਪਣਾ ਇੱਕ ਰਾਜ ਕਰ ਲਈਏ ਜਿਹੜਾ ਇਹ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਇਹ ਆਮ ਆਦਮੀ ਪਾਰਟੀ ਆ ਕੋਈ ਪਰੇਸ਼ਾਨੀ ਨਹੀਂ ਕਿ ਈਡੀ ਕੀ ਕਰੂਗੀ ਈਡੀ ਸਾ ਜਦੋਂ ਸਾਡੇ ਬੰਦੇ ਲੀਗਲ ਨੇ ਜੋ business ਕਰਨਾ ਅੱਜ ਦੇ ਯੁੱਗ ਦੇ ਵਿੱਚ ਇਹ ਅਡਾਨੀ ਵਾਨੀਆਂ ਨੂੰ business ਹੀ ਕਰਾ ਰਿਆ ਭਾਜ ਭਾ ਇਹ ਅਡਾਨੀ ਵਾਨੀ ਜਿਹੜੇ ਇਹਨਾਂ ਦੇ ਤੋਤਾ ਮੈਨਾ ਨਹੀਂ ਉਹ business ਹੀ ਕਰ ਰਿਹਾ ਲੋਕਾਂ ਦਾ ਤਾਂ ਕਰਜ਼ਾ 10 ਲੱਖ ਦਾ ਨਹੀਂ ਲੱਖ ਦਾ ਨਹੀਂ ਮaaf ਕਰਦੇ ਉਹਨਾਂ ਹਜ਼ਾਰਾਂ ਖਰਮਰ ਪਿਆਂ ਦਾ ਕਰਜ਼ਾ ਮਾਫ ਕਰਦੇ ਆਇਤੋਂ ਪਤਾ ਲੱਗਦਾ ਭਾਜਪਾ ਦੀ ਨੀਅਤ ਤੇ ਨੀਤੀ ਚ ਫਰਕ ਆ ਅੱਛਾ ਇੱਕ ਚੀਜ਼ ਹੋਰ ਕਿ ਚਲੋ ਸਿਆਸਤ ਹੋ ਰਹੀ ਹੈ ਦੂਜੇ ਪਾਸੇ ਜਿਹੜੇ ਕਾਰੋਬਾਰੀ ਹੈਗੇ ਉਹਨਾਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਇੱਕੋ ਕਾਰੋਬਾਰੀ ਉਹੀ ਆ ਜਿਹੜਾ ਬੰਦਾ ਸਾਡੇ ਆਮ ਆਦਮੀ ਪਾਰਟੀ ਨਾਲ ਜੁੜਦਾ ਵਾ ਉਹਨੂੰ ਹੀ ਇਹ ਲੋਕ ਪਰੇਸ਼ਾਨ ਕਰਨ ਲੱਪੰਦੇ ਆ ਜਿਹੜਾ ਬੰਦਾ ਵੀ ਅੱਜ ਤੱਕ ਲਾਲੋ ਤੁਸੀਂ ਜਿਹੜਾ ਕੋਈ ਅਰਵਿੰਦ ਕੇਜੀਵਾਲ ਦੇ ਨਾਲ ਪਹਿਲਾਂ ਦਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅੰਦਰ ਅਮਨੀ ਸ਼ੋਦੀਆ ਨੂੰ ਅੰਦਰ ਕੀਤਾ ਇਹਨਾਂ ਨੂੰ ਜਿਹੜਾ ਕੋਈ ਚੰਗੇ ਸਕੂਲ ਬਣਾਵੇ ਬਿਜਲੀ ਫ੍ਰੀ ਦੇਵੇ ਜਿਹੜਾ ਕੋਈ ਗਰੀਬ ਦੇ ਹੱਕ ਦੀ ਗੱਲ ਕਰਦਾ ਉਹ ਇਹਨਾਂ ਨੂੰ ਚੁਬਦਾ ਵਾ ਇਹਨਾਂ ਨੂੰ ਉਡਾਨੀ ਤੇ ਆਵਾਨੀ ਚਾਹੀਦੇ ਆ ਦੇਸ਼ ਚ ਬਸ